ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਅਤੇ ਭੈਣੋ, ਸਤਿ ਸ਼੍ਰੀ ਅਕਾਲ। ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ। 1968-65 ਤੋਂ ਪਹਿਲਾਂ ਆਪਣੇ ਬਜ਼ੁਰਗ ਜਿਹੜੀ ਖੇਤੀ ਕਰਦੇ ਸਨ ਉਹ ਕੁਦਰਤੀ ਖੇਤੀ ਸੀ, ਜ਼ਹਿਰ ਮੁਕਤ ਖੇਤੀ ਸੀ ਅਤੇ ਉਹਨਾਂ ਦੇ ਇਲਾਕੇ ਦੇ ਹਿਸਾਬ ਨਾਲ ਫਸਲਾਂ ਬੀਜੀਆਂ ਜਾਂਦੀਆਂ ਸਨ। ਅਤੇ ਮਾਹਰਾਂ ਨੇ, ਵਿਗਿਆਨੀਆਂ ਨੇ ਉਸ ਸਮੇਂ ਅਨਾਜ ਦੀ ਕਮੀ ਸੀ ਅਤੇ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਅਤੇ ਉੱਧਰੋਂ ਦੂਜਾ ਵਿਸ਼ਵ ਜੰਗ ਖਤਮ ਹੋਇਆ ਸੀ। ਵਿਦੇਸੀ ਮੁਲਕਾਂ ਕੋਲ ਜਿਹੜੇ ਰਸਾਇਣਕ ਹਥਿਆਰ ਬਣਾਉਣ ਦੇ ਕਾਰਖਾਨੇ ਸੀਗੇ ਉਹ ਬੰਦ ਹੋ ਗਏ। ਉਹਨਾਂ ਨੇ ਆਪ ਉਹਨਾਂ ਦਾ ਕੈਮੀਕਲਾਂ ਦਾ ਇਸਤੇਮਾਲ ਕੀਤਾ ਤਾਂ ਫਸਲਾਂ ਵਧੀਆ ਹੋਈਆਂ, ਪਰ ਜੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਸਿਹਤ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ, ਸੋ ਉਹਨਾਂ ਨੇ ਬੈਨ ਕਰਤੇ। ਅਤੇ ਜਿਹੜੀ ਆਪਣੀ ਸਮੱਸਿਆ ਸੀਗੀ ਵੀ ਭੁੱਖਮਰੀ ਸੀਗੀ, ਉਤਪਾਦਨ ਵਧਾਉਣਾ ਸੀ, ਸੋ ਕਿਸਾਨ ਨੂੰ ਉਸ ਸਮੇਂ ਧੱਕੇ ਨਾਲ ਪਿਆਰ ਨਾਲ ਕਿਵੇਂ ਵੀ ਉਹਨਾਂ ਨੇ ਲਾਲਚ ਦਿੱਤਾ ਮਾਹਰਾਂ ਨੇ ਵੀ ਇਹ ਖੇਤੀ ਨਾਲ ਉਤਪਾਦਨ ਵਧੂਗਾ ਅਤੇ ਕਿਸਾਨ ਇਸ ਖੇਤੀ ਵੱਲ ਜੁੜ ਗਿਆ। ਜਦੋਂ ਉਤਪਾਦਨ ਵਧਿਆ ਤਾਂ ਉਹਨੂੰ ਵੀ ਲੱਗਿਆ ਵੀ ਚਮਤਕਾਰ ਹੋ ਗਿਆ, ਤਾਂ ਉਹ ਹੌਲੀ ਹੌਲੀ ਆਪਣਾ ਕੈਮੀਕਲ ਜੋ ਵਰਤੋਂ 'ਚ ਲਿਆਉਂਦੇ ਸਨ ਵਧਾਇਆ। ਪਰ ਉਸ ਖੇਤੀ ਦਾ ਨਾਂ ਹਰੀ ਕ੍ਰਾਂਤੀ ਸੀ। ਅਸਲ ਵਿੱਚ ਹਰੀ ਕ੍ਰਾਂਤੀ ਤਾਂ ਪਹਿਲਾਂ ਸੀਗੀ ਬਜ਼ੁਰਗਾਂ ਦੀ ਖੇਤੀ 'ਚ, ਹਰ ਤਰ੍ਹਾਂ ਦਾ ਰੰਗ ਖੇਤਾਂ 'ਚ ਮੌਜੂਦ ਸੀ, ਹਰ ਪੌਦੇ ਦਾ ਰੰਗ ਉਹਨਾਂ ਕੋਲ ਸੀ, ਜਿਵੇਂ ਹਰੇਕ ਫਸਲ ਰੰਗ ਬਿਰੰਗੀ ਹਰੀ ਖੇਤੀ ਸੀ ਜਿਹਨੂੰ ਹਰੀ ਕ੍ਰਾਂਤੀ ਤਾਂ ਉਹ ਸੀ। ਪਰ ਹੁਣ ਜਿਵੇਂ ਤੁਸੀਂ ਆ ਦੇਖੋ, ਜਾਮਣ ਦਾ ਬੂਟਾ ਇਹਦਾ ਰੰਗ ਵੀ ਹਰਾ ਹੀ ਆ, ਅੱਗੇ ਆਹ ਚੀਕੂ ਹੈ ਰੰਗ ਇਹਦਾ ਵੀ ਹਰਾ ਹੀ ਆ ਪਰ ਦੂਜੇ ਨਾਲ ਭਿੰਨ ਹੈ। ਅੱਗੇ ਆਪਾਂ ਚਲੇ ਜਾਂਦੇ ਹਾਂ, ਬਾਂਸ ਖੜਾ ਰੰਗ ਹਰਾ ਪਰ ਇਹਦੇ ਨਾਲ ਫੇਰ ਫਰਕ ਹੈ, ਅੱਗੇ ਕਿਹੜੇ ਹੋਰ ਰੁੱਖ ਨੇ ਅਤੇ ਇੱਕ ਦੂਜੇ ਨਾਲ ਹਰਾ ਰੰਗ ਮਿਲਦਾ ਨਹੀਂ ਪਰ ਹੈਗੇ ਸਾਰੇ ਹਰੇ। ਜਿੱਥੇ ਕੋਈ ਚੀਜ਼ ਬਹੁਤ ਜ਼ਿਆਦਾ ਹੋਵੇ ਕ੍ਰਾਂਤੀ ਤਾਂ ਉਹ ਹੁੰਦੀ ਹੈ ਨਾ, ਵੀ ਹਰੀ ਕ੍ਰਾਂਤੀ ਤਾਂ ਕੁਦਰਤੀ ਖੇਤੀ ਖੇਤਾਂ ਵਿੱਚ ਸੀਗੀ। ਆ ਦੇਖੋ ਆਪਣੇ ਇਹ ਹੈਗਾ ਜੀ ਅਨਾਰ, ਰੰਗ ਹਰਾ, ਹਰੀ ਕ੍ਰਾਂਤੀ ਹੋਈ ਨਾ, ਜਿਵੇਂ ਹੁਣ ਆਹ ਮਿੱਠਾ ਰੰਗ ਇਹਦਾ ਵੀ ਹਰਾ ਪਰ ਹਰੀ ਕ੍ਰਾਂਤੀ ਤਾਂ ਇਹ ਹੋਈ ਨਾ, ਵੀ ਜਿਹਦੇ ਵਿੱਚ ਤੁਸੀਂ ਆਪਣੀ ਰਸੋਈ ਲਈ ਆਪਣੇ ਘਰ ਲਈ ਕਿੰਨਾ ਕੁਝ ਉਗਾ ਸਕਦੇ ਹੋ, ਖਾ ਸਕਦੇ ਹੋ। ਹੁਣ ਜੇ ਆਪਾਂ ਕਿੰਨੂ ਦੀ ਗੱਲ ਕਰੀਏ, ਮੇਰੇ ਹਿਸਾਬ ਨਾਲ ਜਿੰਨਾ ਗੂੜਾ ਰੰਗ ਕਿੰਨੂ ਕੋਲ ਹੈ ਹੋਰ ਬੂਟੇ ਕੋਲ ਹੈ ਹੀ ਉਹ ਨਹੀਂ। ਆਹ ਫਲ ਲੱਗਿਆ ਹੋਇਆ ਅਤੇ ਨਵੇਂ ਪੱਤਿਆਂ ਦਾ ਰੰਗ ਜ਼ਰੂਰ ਫਿੱਕਾ, ਪਰ ਜਿਹੜਾ ਇਹਦਾ ਆਪਣਾ ਰੰਗ ਆ ਉਹ ਦੇਖੋ ਕਿੰਨਾ ਗੂੜਾ। ਅਤੇ ਇਹ ਜਿਹੜੀ ਸਾਡੀ ਬਜ਼ੁਰਗਾਂ ਦੀ ਹਰੀ ਕ੍ਰਾਂਤੀ ਸੀਗੀ, ਇਹਨੂੰ ਇਸ ਲਈ ਬਦਲ ਦਿੱਤਾ ਗਿਆ ਵੀ ਤੁਹਾਡਾ ਉਤਪਾਦਨ ਵਧਾਉਂਦੇ ਹਾਂ ਤੁਹਾਨੂੰ। ਅਤੇ ਉਤਪਾਦਨ ਵਧਾਉਂਦੇ ਵਧਾਉਂਦੇ ਅਸੀਂ ਜਾਣੇ ਅਣਜਾਣੇ ਕਦ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਅਤੇ ਉਹ ਜਿਹੜੀ ਕ੍ਰਾਂਤੀ ਸੀਗੀ ਹੁਣ ਸਾਡੇ ਲਈ ਮਜਬੂਰੀ ਬਣ ਚੁੱਕੀ ਹੈ। ਜਦੋਂ ਨਾ ਤਾਂ ਕਿਸਾਨ ਛੱਡ ਸਕਦਾ, ਪਰ ਉਹ ਸਮੇਂ ਹਰੇਕ ਨੂੰ ਕਿਸਾਨ ਤੱਕ ਜ਼ਰੂਰਤ ਸੀਗੀ ਅਤੇ ਕਿਸਾਨ ਅੰਨਦਾਤਾ ਸੀ। ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਿਸਾਨ ਨੂੰ ਅੰਨਦਾਤਾ ਮੰਨਣ ਨੂੰ ਤਿਆਰ ਨਹੀਂ, ਅਗਲਾ ਕਹਿੰਦਾ ਅਸੀਂ ਤਾਂ ਮੁੱਲ ਲੈ ਕੇ ਖਾਂਦੇ ਹਾਂ ਅਤੇ ਕਿਸਾਨ ਖੁਦ ਵੀ ਮੁੱਲ ਲੈ ਕੇ ਖਾਂਦਾ, ਦੋ ਫਸਲਾਂ ਉਹਦੀਆਂ ਘਰ ਦੀਆਂ ਹੁੰਦੀਆਂ ਜਿਹੜੀਆਂ ਮਾਰਕੀਟ ਲਈ ਹੁੰਦੀਆਂ ਨੇ ਅਤੇ ਉਹਨਾਂ ਨੂੰ ਵੇਚਦਾ ਅਤੇ ਆਪਣਾ ਹੋਰ ਸਮਾਨ ਖਰੀਦ। ਜਦੋਂ ਕਿ ਕਿਸਾਨ ਦੇ ਖੇਤ ਵਿੱਚ ਪੁਰਾਣੇ ਸਮੇਂ 'ਚ ਬਜ਼ੁਰਗ ਇਹ ਕਹਿੰਦੇ ਹੁੰਦੇ ਸਨ ਵੀ ਲੂਣ ਤੋਂ ਬਿਨਾਂ, ਨਮਕ ਤੋਂ ਬਿਨਾਂ ਕਿਸਾਨ ਨੂੰ ਮੁੱਲ ਲੈਣ ਨੂੰ ਕੁਝ ਨਹੀਂ, ਸਾਰਾ ਕੁਝ ਘਰ ਦਾ ਹੋ ਜਾਂਦਾ।
ਪਰ ਹੁਣ ਤਾਂ ਸਾਰਾ ਕੁਝ ਮੁੱਲ ਲੈਣਾ ਪੈਂਦਾ ਹੁਣ ਤਾਂ ਕਿਸਾਨ ਨੂੰ। ਜੋ ਨਮਕ ਸੀਗਾ, ਲੂਣ ਸੀਗਾ, ਲੂਣ ਦੀ ਸਿਗਤੇ ਲੋਨ ਬਣ ਗਿਆ, ਹੁਣ ਕਰਜ਼ਾ ਲੈਣਾ ਪੈਂਦਾ ਉਹ ਖੇਤੀ ਨੂੰ ਸਫਲ ਕਰਨ ਲਈ। ਸੋ ਉਹ ਖੇਤੀ ਇੱਕ ਨਾਂ ਦੀ ਉਹ ਹਰੀ ਕ੍ਰਾਂਤੀ ਆ। ਹਰੀ ਕ੍ਰਾਂਤੀ ਤੁਹਾਡੀ ਤਾਂ ਹੋਊਗੀ ਜੇ ਤੁਹਾਡੇ ਕੋਲ ਸਿਹਤਮੰਦ ਸਰੀਰ ਹੋਊਗਾ, ਅਤੇ ਮਤਲਬ ਤੁਹਾਡੇ ਪਸ਼ੂ ਵੀ ਤੰਦਰੁਸਤ ਹੋਣ, ਤੁਹਾਡਾ ਪਰਿਵਾਰ ਵੀ ਤੰਦਰੁਸਤ ਹੋਵੇ, ਤੁਹਾਡਾ ਦੁੱਧ ਸ਼ੁੱਧ ਹੋਵੇ। ਕਿਉਂਕਿ ਹੁਣ ਜਿਹੜਾ ਦੁੱਧ ਆ ਉਹ ਵੀ ਨਕਲੀ ਬਣਨ ਲੱਗ ਗਿਆ। ਕਿੱਥੇ ਤਾਂ ਆਪਾਂ ਕਹਿੰਦੇ ਵੀ ਅਸਲੀ ਚੀਜ਼ਾਂ ਖਾਓ, ਹੁਣ ਹਾਲਾਤ ਉਹ ਹੋ ਚੁੱਕੇ ਨੇ ਵੀ ਕਿਸਾਨ ਆ ਜਿਹੜਾ ਉਹ ਤੋਂ ਗਾਹ ਘੱਟ ਲੈਂਦਾ। ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਸਮਾਨ ਵਿਕ ਜਾਂਦਾ ਵੀ ਕਿਸਾਨ ਤੱਕ ਪਹੁੰਚਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਪਰ ਜੇ ਸ਼ੁੱਧ ਅਤੇ ਪਿਓਰ ਚੀਜ਼ ਖਾਣੀ ਆ ਤਾਂ ਆਪ ਜੀ ਨੂੰ ਕੁਦਰਤੀ ਖੇਤੀ ਕਿਸਾਨਾਂ ਨਾਲ ਜੁੜਨਾ ਪੈਣਾ। ਅਤੇ ਕਿਉਂਕਿ ਇਹ ਖੇਤੀ ਵਿੱਚ ਵਿਭਿੰਨਤਾ, ਜੀਵ ਜਗਤਾ, ਪੰਛੀ ਨੇ, ਜਾਨਵਰ ਨੇ, ਬਹੁਤ ਕੁਝ ਆ। ਅਤੇ ਉਹਦੇ ਪੰਛੀ ਵੀ ਰੱਜ ਕੇ ਜਾਂਦੇ ਨੇ ਕਿਉਂਕਿ ਖਾਣ ਨੂੰ ਕੀੜਾ ਮਕੌੜਾ, ਰੁੱਖ, ਉਹਨਾਂ ਦੇ ਫੁੱਲ, ਨਦੀਨ। ਹੁਣ ਆ ਹਰੀ ਕ੍ਰਾਂਤੀ ਵਾਲੇ ਖੇਤ ਨੇ ਜੀ, ਇਹਨਾਂ ਵਿੱਚ ਕੋਈ ਪੰਛੀ ਵੀ ਨਹੀਂ ਨਜ਼ਰ ਆਉਂਦਾ। ਕਿਉਂਕਿ ਇਹ ਖੇਤੀ ਹੋਰ ਮਾਡਲ ਡਿਜ਼ਾਇਨ ਦੀ, ਜਿਹੜੀ ਵਿਗਿਆਨੀ ਨੇ ਬਣਾਇਆ ਸੀਗਾ ਉਹ ਡਿਜ਼ਾਇਨ ਦੀ ਆ। ਪਰ ਜੇ ਆਪਾਂ ਕੁਦਰਤੀ ਖੇਤੀ ਵੱਲ ਨਿਗਾਹ ਮਾਰੀਏ, ਇਹਦੇ ਵਿੱਚ ਜਿਹੜੀ ਆਪਣੀ ਆਕਸੀਜਨ ਆ ਉਹਦਾ ਮੁੱਲ ਹੀ ਨਹੀਂ ਕਿੰਨਾ। ਆਹ ਦੇਖੋ, ਖਾਣ ਨੂੰ ਤਾਂ ਪਰਮਾਤਮਾ ਆਪਾਂ ਨੂੰ ਵੀ ਕੁਝ ਨਾ ਕੁਝ ਦਊਗਾ ਹੀ ਨਾ, ਪਰ ਇਹਦੇ ਨਾਲ ਸਾਰਾ ਜੀਵ ਜਗਤ ਬਚਦਾ, ਪੰਛੀ ਬਚਦੇ ਨੇ, ਵਾਤਾਵਰਨ ਬਚਦਾ। ਅਤੇ ਜਿਹੜੇ ਉੱਧਰ ਆਪਾਂ ਦੇਖ ਕੇ ਆਏ ਹਾਂ ਵੀ ਉਹ ਝੋਨਾ ਲਾ ਰਹੇ ਨੇ ਅਤੇ ਆਪਣੇ ਖੇਤਾਂ ਵਿੱਚ ਝੋਨੇ ਦਾ ਬੱਦਲ, ਜਿਹੜੇ ਆਪਣੇ ਵਿਰਾਸਤੀ ਅਨਾਜ ਸੀਗੇ ਮੂਲ ਅਨਾਜ ਉਹ ਬੀਜਤੇ ਅਤੇ ਹੁਣ ਇਹਦੀ ਗੜਾਈ ਕਰੀ ਜਾਣੀ ਆ। ਇਹਨਾਂ ਨੇ ਇੰਨੇ ਮੱਲ ਜਾਣਾ ਇੱਕ ਦਿਨ, ਇਹ ਹੁਣ ਨਦੀਨਾਂ ਵਿੱਚ ਆਪਾਂ ਨੇ ਬਾਹਰੀ ਤੱਕ ਕਰਦੇ ਨਹੀਂ ਹੈਗੇ। ਇਹਦਾ ਨਾਂ ਰਾਗੀ ਆ ਜੀ, ਅਤੇ ਪੰਜਾਬ ਦੀ ਇਹ ਪੁਰਾਣੀ ਫਸਲ ਹੁੰਦੀ ਸੀਗੀ, ਇਹਨੂੰ ਮੱਡਲ ਵੀ ਕਿਹਾ ਜਾਂਦਾ ਸੀਗਾ। ਅਲੱਗ ਅਲੱਗ ਭਾਸ਼ਾਵਾਂ 'ਚ ਅਲੱਗ ਅਲੱਗ ਨਾਮ ਨੇ ਅਤੇ ਕੋਈ ਇਹਨੂੰ ਵਿਸ਼ੇਸ਼ ਟ੍ਰੀਟਮੈਂਟ ਦੇਣ ਦੀ ਲੋੜ ਨਹੀਂ ਹੈਗੀ। ਗੜਾਈ ਵੀ ਤੁਹਾਡੀ ਮਰਜ਼ੀ ਹੈ, ਜੇ ਨਹੀਂ ਵੀ ਕੀਤੀ ਤਾਂ ਵੀ ਹੁਣ ਦੀ ਇਹ ਤਾਕਤ ਰੱਖਦੀ ਆ। ਸੋ ਇਸ ਤਰ੍ਹਾਂ ਦੀਆਂ ਆਪਣੀਆਂ ਫਸਲਾਂ ਸਨ। ਪਰ ਜਿਹੜੀ ਹਰੀ ਕ੍ਰਾਂਤੀ ਆ ਉਹਦੇ ਨਾਲ ਇੱਕ ਆਪਾਂ ਬਿਮਾਰੀਆਂ ਦੀ ਕ੍ਰਾਂਤੀ 'ਚ ਵੀ ਚਲੇ ਗਏ, ਕਿਸਾਨ ਕਰਜ਼ੇ ਥੱਲੇ ਚਲੇ ਗਿਆ। ਅਤੇ ਜਿਹੜੀ ਖਾਸ ਗੱਲ ਆ ਵੀ ਜਿਹੜੀ ਨਵੀਂ ਪੀੜ੍ਹੀ ਆ ਉਹ ਇਸ ਖੇਤੀ ਨੂੰ ਛੱਡ ਕੇ ਵਿਦੇਸ਼ ਜਾ ਰਹੀ ਆ, ਕਿਉਂਕਿ ਜਿਹੜਾ ਸਕੂਨ ਮਿਲਣਾ ਸੀ ਉਹ ਤੁਹਾਡੀ ਖੇਤੀ 'ਚ ਕਿਤੇ ਬਾਹਰ ਚਲੇ ਗਿਆ। ਸੋ ਕਿਸਾਨ ਵੀਰਾਂ ਦੇ ਚਰਨਾਂ 'ਚ ਇਹੀ ਬੇਨਤੀ ਆ ਵੀ ਥੋੜ੍ਹੀ ਬਹੁਤੀ ਖੇਤੀ ਜ਼ਰੂਰ ਕੁਦਰਤੀ ਖੇਤੀ ਨਾਲ ਜੋੜੀ ਜਾਵੇ, ਨਦੀਨਾਂ ਤੋਂ ਨਾ ਡਰਿਆ ਜਾਵੇ। ਕਿਉਂਕਿ ਜਿਹੜੀ ਕੁਦਰਤੀ ਖੇਤੀ ਆ ਇਹਦੇ ਵਿੱਚ ਨਦੀਨਾਂ ਵਿੱਚ ਵੀ ਫਸਲਾਂ ਹੋ ਜਾਂਦੀਆਂ ਨੇ ਅਤੇ ਮਤਲਬ ਉਹ ਫਸਲ ਮਰਦੀ ਨਹੀਂ ਹੁੰਦੀ, ਵਧੀਆ ਹੋ ਜਾਂਦੀ ਆ। ਸੋ ਜਿਵੇਂ ਆਹ ਇੱਕ ਪੁਦੀਨੇ ਦੀ ਹੋਰ ਕਿਸਮ ਹੈ ਵੀ ਅਲੱਗ ਅਲੱਗ ਕਿਸਮਾਂ ਹੋ ਰਹੀਆਂ ਨੇ, ਮਤਲਬ ਕੁਦਰਤੀ ਖੇਤੀ ਵਿੱਚ ਹਰੇਕ ਚੀਜ਼ ਹੋ ਰਹੀ ਆ ਘੱਟ ਤੋਂ ਘੱਟ ਖਰਚੇ ਨਾਲ। ਜਦੋਂ ਆਪਣੇ ਘੱਟ ਤੋਂ ਘੱਟ ਖਰਚ ਨਾਲ ਫਸਲਾਂ ਹੋਣ ਲੱਗ ਜਾਣ, ਮਿਹਨਤ ਘੱਟ ਹੋਣ ਲੱਗ ਜਾਵੇ, ਤਾਂ ਆਪਾਂ ਨੂੰ ਖੇਤੀ ਬਾਰੇ ਸਮਝਣਾ ਚਾਹੀਦਾ ਵੀ ਸਾਡੇ ਬਜ਼ੁਰਗਾਂ ਨੇ ਇੰਨਾ ਕੁਝ ਕੀਤਾ, ਇੰਨਾ ਕੁਝ ਸਮਝਾਇਆ, ਅਸੀਂ ਉਹ ਖੇਤੀ ਨਾਲ ਜੁੜੀਏ। ਕਿਸਾਨ ਦੋਸਤੋ, ਇਹ ਆਪਣਾ ਗੰਨੇ ਵਾਲਾ ਏਰੀਆ, ਅਤੇ ਇੱਧਰ ਗੰਨਾ ਖੜ੍ਹਾ ਅਤੇ ਧਰਤੀ ਦੇਖ ਲਓ, ਤਕਰੀਬਨ ਵਰਸਾ ਆਧਾਰਿਤ ਆ ਜਿਹੜੀ। ਹੁਣ ਇਹਦੀ ਗੜਾਈ ਕਰਕੇ ਗਾਂ ਦੇ ਵਿੱਚ ਆਪਾਂ ਸਬਜ਼ੀਆਂ ਲਾ ਦੇਣੀਆਂ ਨੇ, ਕਿਉਂਕਿ ਹੁਣ ਬਾਰਿਸ਼ਾਂ ਦਾ ਟਾਈਮ ਸ਼ੁਰੂ ਹੋ ਚੁੱਕਿਆ। ਕੁਝ ਬੀਜੀਆਂ ਵੀ ਹੋਈਆਂ ਸਨ ਆਪਣੇ ਜੰਗਲ ਸਿਸਟਮ ਨਾਲੇ, ਪਰ ਉਹ ਵੀ ਵਧੀਆ ਖੜੀਆਂ ਨੇ। ਸੋ
ਉਹ ਖੇਤੀ ਜਿਹੜੀ ਸਾਡੇ ਬਜ਼ੁਰਗਾਂ ਦੀ ਖੇਤੀ ਦੀ ਵਾਤਾਵਰਨ ਸਾਂਭਣ ਵਾਲੀ ਖੇਤੀ ਦੀ ਕੁਦਰਤੀ ਖੇਤੀ। ਆਹ ਦੇਖੋ ਆਹ ਜਗ੍ਹਾ ਕੁਛ ਤਿਆਰ ਕਰਤੀ, ਬਾਕੀ ਹੋਰ ਕਰਨੀ। ਸੋ ਜਿਵੇਂ ਹੁਣ ਆਹ ਦੇਖੋ ਆਪਣਾ ਬਾਜਰਾ ਅਤੇ ਲਾਈਨ ਟੂ ਲਾਈਨ ਕਿੰਨਾ ਫਰਕ ਆ। ਜਦ ਇਹਨੇ ਮੀਂਹ ਪੈਣੇ ਆ ਪੂਰੇ ਤਾਂ ਇਹਨੇ ਉੱਪਰੋਂ ਜੁੜ ਜਾਣਾ ਇੱਕ ਦੂਜੇ ਨਾਲ, ਅਤੇ ਜੇ ਤੁਸੀਂ ਹੇਠਾਂ ਨਿਗੋਂ ਮਾਰੋਗੇ ਤਾਂ ਖਾਲ ਆ ਜੀ। ਇਹਦੀ ਵਰਤੋਂ ਵਰਤੋਂ ਤਾਂ ਐਮਰਜੈਂਸੀ ਉਹ ਕੀਤੀ ਜਾਂਦੀ ਆ, ਸੁੱਕੀ ਪਈ ਆ ਧਰਤੀ ਅਤੇ ਆ ਵੀ ਸੁੱਕੀ ਪਈ ਆ ਵਿੱਚੋਂ, ਪਾਣੀ ਆਇਆ ਨਹੀਂ ਫਿਰ ਤਾਂ ਸਾਰੇ ਸਿਆੜੇ ਸੁੱਕੇ ਹੋਣਗੇ। ਪਰ ਕਹਿਣ ਦਾ ਮਤਲਬ ਦੁਪਹਿਰ ਦਾ ਟਾਈਮ ਆ ਅਤੇ ਪੂਰੀ ਗਰਮੀ ਆ, ਪਰ ਫਿਰ ਵੀ ਬੱਦਲਬਾਜੀ ਦਾ ਮਾਹੌਲ ਅੱਜ ਤਾਂ, ਪਰ ਫਿਰ ਵੀ ਇਹਨਾਂ ਪੱਤਿਆਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿੰਨੇ ਹਰੇ ਭਰੇ ਨੇ। ਸੋ ਖੇਤੀ ਜਿਹੜੀ ਸਾਡੇ ਬਜ਼ੁਰਗਾਂ ਦੀ ਖੇਤੀ ਸੀਗੀ, ਜਿਹਦੇ ਵਿੱਚ ਸਾਰਾ ਕੁਝ ਪੈਦਾ ਹੋ ਜਾਂਦਾ ਸੀ, ਸਾਡਾ ਵਾਤਾਵਰਨ ਵਧੀਆ ਬਣਦਾ ਸੀ, ਅਸੀਂ ਉਹ ਖੇਤੀ ਨਾਲ ਜੁੜੀਏ, ਉਹਨੂੰ ਸਮਝੀਏ, ਤਾਂ ਕਿ ਅਸੀਂ ਆਪਣੇ ਪਰਿਵਾਰ ਲਈ, ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚਾ ਸਕੀਏ, ਮਿੱਟੀ ਬਚਾ ਸਕੀਏ। ਜੇ ਮਿੱਟੀ ਮਜ਼ਬੂਤ ਹੋਊ ਤਾਂ ਇੰਨੀਆਂ ਤਾਕਤਵਰ ਫਸਲਾਂ ਹੋਣਗੀਆਂ, ਅਤੇ ਸੁੱਕੀ ਧਰਤੀ ਵਿੱਚ ਵੀ, ਨਦੀਨਾਂ ਵਿੱਚ ਵੀ ਫਸਲਾਂ ਹੋ ਸਕਦੀਆਂ ਨੇ ਜੇ ਤੁਹਾਡੀ ਖੇਤੀ ਮਿੱਟੀ 'ਚ ਜਾਣ ਆ। ਸੋ ਉਸ ਖੇਤੀ ਨੂੰ ਸਮਝੀਏ, ਜਿਹੜੇ ਪੌਦੇ ਨੇ ਜਦੋਂ ਇਹਨਾਂ ਨੂੰ ਬਾਰਿਸ਼ ਮਿਲਣੀ ਤਾਂ ਇਹਨੇ ਬੜੀ ਸਪੀਡ 'ਤੇ ਵਧਣਾ। ਆਹ ਦੇਖੋ ਇਹਨਾਂ ਦਾ ਕੋਈ ਰੰਗ ਰੂਪ ਐਨ ਸਹੀ ਆ, ਮਤਲਬ ਜੇ ਘੱਟ ਵੀ ਹੁੰਦਾ ਉਤਪਾਦਨ ਤਾਂ ਵੀ ਪੌਦਾ ਵਧੀਆ ਬਣਦਾ। ਸੋ ਕਿਸਾਨ ਵੀਰੋ, ਇਹ ਜਿਹੜੀ ਖੇਤੀ ਆ ਤੁਹਾਡੀ ਅੱਖਾਂ ਨੂੰ ਵੀ ਸਕੂਨ ਦਊ, ਵਾਤਾਵਰਨ ਵਧੀਆ ਬਚਾਊ, ਰਸੋਈ ਲਈ ਵਧੀਆ ਭੋਜਨ ਪੈਦਾ ਕਰੂ, ਅਤੇ ਜੀਵ ਜਗਤ ਲਈ, ਆਕਸੀਜਨ ਲਈ, ਸ਼ੁੱਧ ਮਿੱਟੀ ਲਈ, ਸ਼ੁੱਧ ਪਾਣੀ ਬਚਾਉਣ ਲਈ, ਮਤਲਬ ਇੱਕ ਤੰਦਰੁਸਤ ਸਰੀਰ, ਤੰਦਰੁਸਤ ਪਰਿਵਾਰ ਲਈ ਜ਼ਰੂਰੀ ਹੈ ਕੁਦਰਤੀ ਖੇਤੀ, ਤਾਂ ਕਿ ਆਪਣਾ ਵਾਤਾਵਰਨ ਬਚ ਸਕੇ, ਲੋਕਾਂ ਦੀ ਸਿਹਤ ਵਧੀਆ ਬਣ ਸਕੇ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਵੀ ਕੁਦਰਤੀ ਖੇਤੀ ਨਾਲ ਜੁੜੋ, ਇਸ ਖੇਤੀ ਨੂੰ ਬਚਾਈਏ, ਇਹ ਸਾਡੇ ਬਜ਼ੁਰਗਾਂ ਦੀ ਖੇਤੀ ਹੈ। ਇਹ ਖੇਤੀ ਵਿੱਚ ਅਸੀਂ ਪਾਵਨ ਗੁਰੂ ਪਾਣੀ ਪਿਤਾ ਮਾਤ ਧਰਤ ਮਾਤ ਦੇ ਸੰਦੇਸ਼ ਨੂੰ ਸਮਝ ਸਕਦੇ ਹਾਂ। ਸੋ ਸਾਰਿਆਂ ਦਾ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।